रहमान रहीम, अस्सलाम वालेकुम जी, कैसे आप सब? उम्मीद है कि सब भाई खैर खेस होंगे जी। ब्लॉग का आगाज कर रहे हैं तो ज़रूर देखिएगा, लाइक शेयर और सब्सक्राइब जरूर कीजिएगा जी। अज असी भिंडी जिहड़ी है ना पहले दिन करदे पए आ, नवीं करदे पए आ जी। मैं कहा फ्रेश फ्रेश है ना, सही बनेगी। देखो कट के पा लिया, सही है। छोटे छोटे प्याज अज मैं कटे सारे, तो पहले करेले रखे ने। मैं काफी लग गया वा बर्तन धोने वाले, सुबह की मैं रोटी नहीं खाधी, भुख लगी हुई है। मैं सालन बना के खानी है हमने, प्याज कट दें, टमाटर मिर्चा कर दें, सारा कुछ तैयार करके तो फिर असं अपना सालन बनाने, बना के छोटे प्याजां दा टाइम तो ज्यादा लगता लेकिन स्वाद बनणगे। अच्छा, प्याज प्याज होंदे स्वाद की बनना। अच्छा, बाबा सारे पा लियो सोहने लगते है। ये भी गल तुहाडी ठीक है, नहीं सालन दो दिन चले तो चंगी गल आ। जी जूस ਇਹ ਵੀ ਤਾਂ ਤੁਹਾਡਾ ਯੂਟਿਊਬ ਦਾ ਹਿੱਸਾ ਹੀ ਹੈ ਨਾ, ਇਸ ਤੋਂ ਬਗੈਰ ਤੁਸੀਂ ਵੀਡੀਓ ਨਹੀਂ ਬਣਾ ਸਕਦੇ। ਇਹ ਤਾਂ ਸਟਾਰ ਆ, ਅੱਛਾ ਜੀ। ਇੱਥੇ ਸੁਬਹ ਝਾੜੂ ਵਗੈਰਾ ਲਗਾਇਆ, ਬਹੁਤ ਤੇਜ਼ ਹਵਾ ਚੱਲ ਰਹੀ ਆ, ਇਸ ਵਜ੍ਹਾ ਤੋਂ ਸਾਰਾ ਅੱਜ ਨਾ ਉੱਡ ਉੱਡ ਕੇ ਫੇਰ ਆਈ ਜਾ ਰਿਹਾ ਵਾ, ਤੇ ਮੈਂ ਲੱਗੀ ਆ ਸਾਲਨ ਬਣਾਉਣ, ਇਸ ਕਰਕੇ ਮੈਂ ਕਿਹਾ ਚਲੋ ਕੋਈ ਨਹੀਂ ਬਾਅਦ ਵਿੱਚ ਬਣਾ ਕਰ ਲਾਂਗੇ। ਉਹ ਪਿੱਛੇ ਹੋ ਜਾ ਅੱਗ ਤੋਂ, ਪਹਿਲੀ ਫੱਟੀ ਨੇ ਛੋੜੀ ਨੀ ਹੈਗੇ। ਜਾਨ ਗਿਰ ਕੇ ਚੋਟ ਲੱਗ ਜੂਗੀ। ਤੁਸੀਂ ਪੌਣਾ ਕਿਲੋ ਲੈਣੀ ਸੀ, ਯਾਨੀ ਕਿ ਇੱਕ ਪਾਓ ਘੱਟ, ਇੱਕ ਪਾਓ ਹੋਰ। ਹਾਂ ਬਹੁਤ ਆਏ।
ਦੇਖੋ ਨਾ ਬਾਹਰ ਮਾ ਡਸਟ ਆ ਕੇ ਵਿੱਚ ਪੈ ਰਹੀ ਹੈ। ਓਏ ਛੋਲਾਂਗ ਬਾਹਰ ਦਾ ਕਾਕਾ ਮੈਨੂੰ ਕਹਿੰਦਾ ਮੰਮਾ ਮੇਰਾ ਟੋਟਾ ਪਾਈ ਕਹੇਦਾ ਮੰਮਾ ਜੀ ਮੇਰਾ ਕਲਿੱਪ ਬਣਾਇਓ ਕਿਪ ਪਾਵਾਂ। ਚੱਲ ਫਿਰ ਚੱਲ ਕਿਪ ਪਾਉਂਦੀ ਪਈ ਚੱਲ ਚੱਲ ਹੁਣ ਆ ਲੈ ਬਈ ਹੁਣ ਬਚ ਕਰੋ ਚੋਟ ਲੱਗ ਜਾਏਗੀ ਬਚ ਕਰੋ ਚਲੋ ਕਰੋ ਬਚ। ਅੱਛਾ ਜੀ ਐਸਾ ਥੋੜ੍ਹੀ ਭਿੰਡੀ ਫਰਾਈ ਐਸਾ ਥੋੜ੍ਹੀ ਅੱਗ ਹਲਕੀ ਹਲਕੀ ਆਂਚ ਤੇ ਚੱਲ ਠੀਕ ਹੋ ਗਿਆ ਬਾਅਦ ਚੋਂ ਹੁਣ ਮੇਰੀਆਂ ਭਿੰਡੀਆਂ ਸਾਜਣਗੀਆਂ ਮੈਨੂੰ ਕੱਢ ਲੈਂਦੇ ਭਿੰਡੀਆਂ ਹੋ ਗਈਆਂ ਫਰਾਈ ਮੈਨੂੰ ਬਾਹਰ ਨਿਕਾਲਦੇ ਹਾਂ ਚੋਟ ਦੀ ਜਾਨ ਬਾਰ ਬਾਰ ਕਹਿੰਦਾ ਕਿ ਮੰਮਾ ਮੇਰਾ ਕਲਿੱਪ ਬਣਾਓ ਮੈਂ ਛਾਲ ਮਾਰਦਾ ਗਿਆ ਹਾਂ ਪੱਟੀ ਤੋਂ ਖੜਾ ਹੋ ਮੈਂ ਮੇਰੇ ਕੋਲ ਕੈਮਰਾ ਪਕੜਨ ਵਾਲਾ ਕੋਈ ਨਹੀਂ ਮੈਂ ਬਾਹਰ ਨਿਕਾਲ ਕੇ ਕਿਹਦਾ ਤੇਰਾ ਪਾਵਾਂ ਕਿ ਮੰਮਾ ਮੇਰਾ ਕਲਿੱਪ ਬਣਾਓ ਕਿਹ ਪਵਾਵਾਂ ਲੈ ਬਣਾ ਤਾ ਕੈਸੇ ਹੋ ਗਾਈਸ ਕਿਆ ਜ਼ਿਆਨ ਕੋ ਜ਼ਿਆਦਾ ਸੇ ਜ਼ਿਆਦਾ ਲਾਈਕ ਕਰੇ ਇਹਨੂੰ ਅੱਛੀ ਤਰ੍ਹਾਂ ਭੁੰਨ ਕੇ ਫਰਾਈ ਕਰਕੇ ਅਤੇ ਸੇਬ ਪਾਉਣੇ ਵਿੱਚ ਪਾਉਣਾ ਕੀ ਹੈ ਬਸ ਲਾਲ ਮਿਰਚ ਹਲਦੀ ਨਮਕ ਅਤੇ ਬਸ ਅਸਲ ਚੀਜ਼ਾਂ ਪਾ ਕੇ ਫਟਾਫਟ ਸਾਲਨ ਬਣ ਜਾਣਾ ਅਤੇ ਰੋਟੀਆਂ ਬਣਾਉਣੀਆਂ ਸਾਡੀ ਓਇਲ ਮੈਂ ਥੋੜ੍ਹਾ ਕੰਮ ਹੀ ਪਾਉਂਦੀ ਹਾਂ ਕਿਉਂਕਿ ਜਿੰਨਾ ਮਿਨੀ ਓਇਲ ਪਸੰਦ ਹੈ ਤਾਂ ਲੋਕ ਛੋਲੇ ਖਾਂਦੇ ਆ ਅਤੇ ਹੁਣ ਮੈਂ ਥੋੜ੍ਹੇ ਥੋੜ੍ਹੇ ਨੂੰ ਇਸ ਤਰ੍ਹਾਂ ਅਤੇ ਹੁਣ ਇਹਨੂੰ ਪਾਣੀ ਵਿੱਚ ਮਿਰਚਾਂ ਵਗੈਰਾ ਹੈ ਹਲਕੀਆਂ ਥੋੜ੍ਹੀ ਦੇਰ ਹੁਣ 4-5 ਮਿੰਟ ਪਈ ਰਹੇਗੀ ਰੋਟੀਆਂ ਵੀ ਬਣਾ ਲਈਆਂ ਇਹਨਾਂ ਨੂੰ ਚੋਪੜਦੇ ਮੈਂ ਆਪਣੀ ਆ ਰੋਟੀ ਤੋੜਦੀ ਨਾ ਇਸ ਤਰ੍ਹਾਂ ਘਰ ਦੀ ਜਾਣ ਕੇ ਬਾਕੀ ਇਸ ਤਰ੍ਹਾਂ ਦੀਆਂ ਮੈਂ ਇਹਨਾਂ ਨੂੰ ਚੋਪੜਦੀਆਂ ਦੇਸੀ ਘੀ ਨਾ ਭਿੰਡੀ ਬਣ ਗਈ ਮਜ਼ੇਦਾਰ ਜੀ ਹੁਣ ਅਸੀਂ ਬੈਠ ਕੇ ਖਾਂਦੇ ਹਾਂ ਖਾਣਾ ਜੀ ਬੱਚੇ ਸਕੂਲ ਤੋਂ ਆਏ ਨੇ ਉਹਨਾਂ ਨੇ ਖਾਣਾ ਛਾਣਾ ਖਾ ਲਿਆ ਅਤੇ ਕਹਿੰਦੇ ਪਾਪਾ ਸਫਾਰੇ ਤੋਂ ਜਾਣ ਤੋਂ ਪਹਿਲੇ ਪਹਿਲੇ ਨੇ ਸਾਨੂੰ ਸਰਦਾ ਕੱਢਤੇ ਮੈਂ ਕਿਹਾ ਚਲੋ ਠੀਕ ਆ ਮੈਂ ਤੁਹਾਨੂੰ ਸਰਦਾ ਕੱਢ ਦਿੰਦਾ ਹਾਂ ਤੂੰ ਇੱਥੇ ਬੈਠ ਕੇ ਬੈਠ ਜਾ ਅੱਛਾ ਪਾਣੀ ਪੀਣਾ ਅੱਛਾ ਚਾਹ ਪਾਣੀ ਪੀ ਲਾ ਅੱਛਾ ਮੈਂ ਕਿਹਾ ਵੀ ਚਲੋ ਠੀਕ ਆ ਤੁਹਾਨੂੰ ਮੈਂ ਸਰਦਾ ਕਰ ਦਿੰਦਾ ਨਾਲੇ ਖੁਦ ਵੀ ਖਾਂਦੇ ਨਾਲੇ ਬੱਚਿਆਂ ਨੂੰ ਵੀ ਦਿੰਦੇ ਹਾਂ ਅਤੇ ਜੇ ਹੁਣ ਮੈਂ ਕਿਹਾ ਨਾਲੇ ਇੱਕ ਇਸ ਤਰ੍ਹਾਂ ਕਰਦੇ ਹਾਂ ਕਿ ਆਪਣੇ ਭੈਣ ਭਰਾਵਾਂ ਨਾਲ ਵੀ ਨਾ ਸ਼ੇਅਰ ਕਰ ਲੈਂਦੇ ਹਾਂ ਅਤੇ ਕਹਿੰਦੇ ਆ ਮਿੱਠੇ ਬਹੁਤ ਹੁੰਦੇ ਆ ਬਾਕੀ ਅੱਜ ਪਤਾ ਲੱਗ ਜਾਂਦਾ ਵੈਸੇ ਹੁੰਦੇ ਆ ਮਿੱਠੇ ਖਰਬੂਜ਼ੇ ਨਾਲ ਅੱਛਾ ਅੱਛਾ ਉੱਥੋਂ ਪਲੇਟ ਲੈ ਕੇ ਆ ਬੇਟਾ ਦੂਸਰੀ ਉਹ ਨਹੀਂ ਉਹ ਚੀਨੀ ਜਿਹੀ ਦੀ ਪਲੇਟ ਉਹ ਲੈ ਕੇ ਆ ਉਹਦੇ ਵਿੱਚ ਪਹਿਲੇ ਛਿਲਕੇ ਸੁੱਟੋ ਮੈਂ ਉਹ ਜਿੱਦਾਂ ਚੌਲਾਂ ਚੌੜੀਆਂ ਲਿਆ ਮੈਂ ਤੁਹਾਨੂੰ ਕੱਟ ਕੇ ਦਵਾਂ ਪਹਿਲੇ ਕੱਟ ਲਓ ਮੈਂ ਨਾ ਇਹ 'ਚ ਬੀਜ ਰੱਖ ਲੈਂਦੇ ਹਾਂ
ਉਹ 'ਚ ਤੁਹਾਨੂੰ ਕੱਟ ਕੇ ਦੇ ਦਿੰਦਾ ਅਤੇ ਤੁਸੀਂ ਖਾ ਲਓ ਜਾਂ ਪਲੇਟ ਲੈ ਕੇ ਆਓ ਬੇਟਾ। ਸ਼ਾਬਾਸ਼ ਜੀ। ਆ ਬੱਚਿਆਂ ਨੂੰ ਕੱਟ ਕੇ ਦੇ ਦਿੱਤਾ ਮੈਂ ਅਤੇ ਹੁਣ ਬੱਚੇ ਬੈਠ ਕੇ ਖਾਣਗੇ ਜੀ। ਅਦਨ ਉਮਾਰ ਜ਼ਿਆਨ ਜੀ, ਬੱਚੋ ਬੈਠ ਕੇ ਖਾ ਲਓ, ਸ਼ਾਬਾਸ਼। ਅੱਛਾ ਜੀ, ਮਾਰ ਦਾ ਖਾਣ ਨੂੰ ਦਿਲ ਕਰਦਾ ਮਿੱਠਾ, ਅਤੇ ਮਾਰ ਨੂੰ ਵੈਸੇ ਵੀ ਬਹੁਤ ਜ਼ਿਆਦਾ ਨਾ ਜ਼ੁਕਾਮ, ਨਜ਼ਲਾ, ਫਲੂ ਹੋਇਆ ਹੋਇਆ ਵਾ। ਮਾਰ ਲੈ ਕੇ ਆਇਆ ਸੂਜੀ, ਅਤੇ ਹੁਣ ਮਾਰ ਨੂੰ ਦਿੰਦੇ ਹਾਂ ਬਣਾ ਕੇ। ਅਤੇ ਮੌਸਮ ਸੁਬਹਾ ਦੀ ਇੰਨੀ ਤੇਜ਼ ਹਵਾ ਚੱਲ ਰਹੀ ਹੈ, ਇੰਨੀ ਤੇਜ਼ ਹਵਾ ਚੱਲ ਰਹੀ ਹੈ ਨਾ ਕਿ ਮੈਂ ਕੀ ਦੱਸਾਂ। ਮਾਰ ਸੂਜੀ ਰੱਖੋ, ਮੈਂ ਆ ਕੇ ਬਣਾਉਂਦੀ ਹਾਂ ਬੇਟਾ। ਅਤੇ ਮੈਂ ਨਾ ਉਹ ਜਿਹੜਾ ਮੈਂਗੋ ਆ ਨਾ ਉਹਨੂੰ ਦੇਖਣ ਜਾ ਰਹੀ ਹਾਂ ਕਿ ਇੰਨੀ ਤੇਜ਼ ਹਵਾ ਨਾ ਨਾ ਉਹਨੇ ਫਲ ਚੱਕਿਆ ਹੋਇਆ ਸੀ, ਗਿਰਤਾ ਨਹੀਂ ਗਏ ਉਹ ਵਾਲੇ ਮੈਂਗੋ ਦੇਖਣ ਜਾ ਰਹੀ ਹਾਂ। ਅਤੇ ਅਸੀਂ ਕਿਹਾ ਚਲੋ ਕਿ ਇੱਕ ਅੱਧਾ ਵੀ ਹੋ ਜੇ ਨਾ ਤਾਂ ਪਤਾ ਲੱਗੇ ਵੀ ਕਿਸ ਤਰ੍ਹਾਂ ਦਾ ਨਾ ਵੀ ਹੈ ਵਾ ਅੰਬ ਇਸ ਜਿਹੜੇ ਅਸੀਂ ਲਿਆ ਕੇ ਬੂਟੇ ਲਗਾਏ ਆ। ਕਿਆ ਇਹ ਅਨਾਰ ਚੈੱਕ ਕਰੋ, ਹੈ ਲੈ ਇਹ ਸਾਡੇ ਦੀ ਇੱਕ ਅਨਾਰ ਇਹ ਲੱਗਿਆ, ਹੈ ਲੈ ਪਤਾ ਨਹੀਂ ਹੁਣ ਬਾਕੀ ਆ ਫੁੱਲ ਲੱਗੇ ਨੇ ਇਸ ਰਸਤੇ ਬਣ ਜਾਣਗੇ। ਅਤੇ ਮੈਂਗੋ ਕੋਲ ਆ ਗਏ ਹਾਂ ਕਿਉਂਕਿ ਜਿੰਨੀਆਂ ਸਾਡੇ ਕੋਲ ਹਨੇਰੀਆਂ ਹਵਾਵਾਂ ਚੱਲ ਰਹੀਆਂ ਨਾ, ਮੇਰਾ ਤਾਂ ਖਿਆਲ ਕਿਰ ਕੁਰ ਗਿਆ। ਕੋਈ ਵੀ ਨਹੀਂ ਬੱਚੇ ਆ, ਨਹੀਂ ਹੈਗਾ ਇੱਕ ਇੱਕ ਹੈਗਾ, ਅਗਰ ਬਚ ਗਿਆ ਨਾ ਇਹ ਦੇਖੋ ਇੱਕ ਹੈ ਵਾ, ਜਾਂ ਲੈ ਗਿਰੇ ਨਾ ਇੱਕ ਵੱਡਾ ਹੋ ਜੇ ਕਿੱਦਾਂ ਡੋਲਤੀ। ਮਾਰ ਖੜਾ ਡੋਲ ਕੇ ਆ ਗਿਆ। ਚੱਲ ਹਲੇ ਤੱਕ ਤਾਂ ਮਾਸ਼ਾਅੱਲਾ ਸਾਰੇ ਪੌਦੇ ਠੀਕ ਠਾਕ, ਅਤੇ ਹੁਣ ਚੱਲਦੇ ਹਾਂ ਆਪਣਾ ਇੱਕ ਦੋ ਹੋਰ ਲੱਗੇ ਆ। ਓਏ ਬਿੰਗਨ, ਬਿੰਗਨ ਵੀ ਮਾਸ਼ਾਅੱਲਾ ਕਿੱਡਾ ਬੂਟਾ ਹੋ ਗਿਆ ਬਿੰਗਨਾਂ ਦਾ, ਇੱਕ ਬੂਟਾ ਹੀ ਰਜਾ ਦਿੰਦਾ ਵਾ ਕਹਿੰਦੇ। ਇਹ ਦੇਖੋ ਇਹ ਤਾਂ ਬਿੰਗਨ ਤੋੜਨ ਨਾਲ ਹੀ ਹੋਏ ਨੇ, ਚੈੱਕ ਕਰੋ ਬਿੰਗਨ। ਇਹ ਓਏ ਲੈ ਇੱਧਰ ਵੀ ਨਹੀਂ ਦੇਖਿਆ ਅਸੀਂ ਤਾਂ, ਉਹ ਮਾਰ ਇੱਧਰ ਆ ਓਏ। ਇਹ ਤਾਂ ਮਾਸ਼ਾਅੱਲਾ ਇੱਕ ਆ ਇੱਕ ਉਹ ਅਗਲੀ ਸਾਈਡ 'ਤੇ, ਇਸ ਬੂਟੇ ਨੂੰ ਤਾਂ ਦੋ ਤਿੰਨ ਬਿੰਗਨ ਲੱਗੇ, ਇਹਨੂੰ ਤਾਂ ਬਥੇਰੇ ਲੱਗੇ ਹੋਏ ਮਾਸ਼ਾਅੱਲਾ। ਹਾਂ ਅਤੇ ਇਸ ਤੋਂ ਅੱਗੇ ਇੱਕ ਬੂਟਾ ਮੈਂ ਉਹ ਵੀ ਦਿਖਾਉਂਦੀ ਹਾਂ। ਮਾਰ ਬਿੰਗਨ ਤਾਂ ਵੱਡੇ ਵੱਡੇ ਹੋਏ ਨੇ, ਆਪਾਂ ਦੇਖੇ ਹੀ ਨਹੀਂ। ਇੱਕ ਬੂਟਾ ਆ ਗਿਆ, ਇਹਨੂੰ ਵੀ ਦੇਖਦੇ ਹਾਂ, ਇਹਨੂੰ ਵੀ ਲੱਗਿਆ ਸੀ। ਇਹ ਦੇਖੋ ਪੂਰੀ ਤਿੰਨ ਬਿੰਗਨ ਇਸ ਬੂਟੇ ਨੂੰ, ਇੱਕ ਉਹ ਇੱਕ ਆਹ ਅਤੇ ਇੱਕ ਉਹ ਨੀਚੇ ਉਹ ਵਾਲਾ ਤਿੰਨ, ਅਤੇ ਇਹਨੂੰ ਵੀ ਇੱਕ ਇਹਨੂੰ ਚਾਰ, ਪੂਰੇ ਕਿਲੋ ਡੇਢ ਕਿਲੋ ਬਿੰਗਨ ਹੋਏ ਹੋਏ ਆ। ਉਸ ਤੋਂ ਇਲਾਵਾ ਇਹ ਗ੍ਰੇਪਫਰੂਟ ਲੱਗੇ ਹੋਏ ਆ, ਇਹ ਇਹ ਦੇਖੋ ਦੋ ਹੀ ਲੱਗੇ ਨੇ ਇਸ ਬੂਟੇ ਨੂੰ ਨਾ, ਦੋ ਇਹਨੂੰ ਲੱਗੇ ਆ। ਮਨ ਨਹੀਂ ਕਰੋ ਬੇਟਾ, ਇਹ ਸਾਡੇ ਮਾਸ਼ਾਅੱਲਾ ਮਿਰਚਾਂ ਲੱਗੀਆਂ ਨੇ। ਇਹ ਦੇਖੋ ਮਾਰਾ ਮੋਬਾਈਲ ਪਕੜੇ ਮੇਰੇ ਕੋਲ ਇੱਕ ਮਿੰਟ। ਇਹ ਦੇਖੋ ਫੜੀ ਮਿੰਟ, ਮਾਸ਼ਾਅੱਲਾ ਮਾਸ਼ਾਅੱਲਾ ਛੋਟੇ ਛੋਟੇ ਬੂਟੇ ਆ। ਇਹ ਦੇਖੋ ਉਹਨੇ ਬੂਟਾ ਦੀ ਜਿੰਨੀਆਂ ਨੂੰ ਮਿਰਚਾਂ ਲੱਗੀਆਂ ਹੋਈਆਂ, ਹੈ ਨਾ।
ਘਰ ਆ ਗਈਆਂ ਵਾਪਸ, ਹੁਣ ਆਪਣਾ ਬਣਾਉਂਦੇ ਹਾਂ ਹਲਵਾ। ਥੋੜ੍ਹਾ ਜਿਹਾ ਬੱਚੇ ਰੋਟੀ ਰੁਟੀ ਘੱਟ ਖਾਂਦੇ, ਚਲੋ ਜ਼ਰਾ ਮਿੱਠਾ ਖਾ ਲੈਣਗੇ। ਇਹਨੂੰ ਵੀ ਲੱਗਿਆ ਸਨ, ਅਨਾਰ ਨੂੰ ਵੀ ਦੋ ਖੋਲਤੇ ਉਹਨੇ। ਛੋਟਾ ਜਿਹਾ ਸਟੀਲ ਦਾ ਬਰਤਨ ਲੈ ਲਿਆ, ਇੱਕ ਕੱਪ ਹੈ ਸੂਜੀ ਲੈ ਲਈ, ਇਹਦੇ 'ਚ ਪਾ ਲੈਂਦੇ ਹਾਂ। ਅਤੇ ਮੈਂ ਦੂਸਰੀ ਬਣਾਉਣ ਲੱਗੀ ਸੀ, ਜਿਹੜੀ ਅਸੀਂ ਆਮ ਸੂਜੀ ਬਣਾਉਂਦੇ ਹਾਂ। ਅਦਨ ਕਹਿੰਦੀ ਮੰਮਾ ਦੂਸਰੀ ਹੋਰ ਦੂਸਰੇ ਤਰੀਕੇ ਦਾ ਇੱਕ ਬਣਦਾ, ਉਹ ਬਣਾਓ। ਹੁਣ ਮੈਂ ਉਸ ਤਰ੍ਹਾਂ ਬਣਾਉਣ ਲੱਗੀ ਹਾਂ, ਦੇਖੋ ਸਹੀ ਬਣਦਾ ਕਿ ਨਹੀਂ ਬਣਦਾ। ਇਹ 'ਚ ਨਾ ਦੋ ਕੱਪ ਦੂਧ ਪਾ ਕੇ ਰੱਖਦੇ ਹਾਂ। ਅੱਛਾ ਜੀ, ਦੂਧ ਸੂਜੀ 'ਚ ਪਾ ਕੇ ਰੱਖਤਾ, ਹੁਣ ਇੱਕ 15-20 ਮਿੰਟ ਪਿਆ ਰਹੇ ਅਤੇ ਫਿਰ ਇਹਨੂੰ ਬਣਾਉਂਦੇ ਹਾਂ। ਦੁੱਧ ਗਰਮ ਹੋਣ ਵਾਸਤੇ ਰੱਖ ਲਿਆ ਗਿਆ, ਇਹਦਾ ਕੋਲ ਚੀਨੀ ਰੱਖ ਲਈ ਆ, ਹੋਰ ਵੀ ਰੱਖ ਲਿਆ, ਦੇਖੀ 'ਚ ਪਾ ਦਿਓ। ਅਤੇ ਤਿੰਨ ਇਲਾਇਚੀਆਂ ਪਾ ਦਿੱਤੀਆਂ, ਅਤੇ ਉਹਦੇ 'ਚ ਪਾਉਂਦੇ ਹਾਂ ਚੀਨੀ, ਜ਼ਿਆਦਾ ਗਰਮ ਨਹੀਂ ਕਰਨਾ। ਆਵਾ ਜੀ ਚੀਨੀ ਪਾ ਦਿੱਤੀ ਹੈ, ਅੱਛੀ ਤਰ੍ਹਾਂ ਹਿਲਾਈ ਜਾਵਾਂਗੇ, ਜਲਦੀ ਜਲਦੀ ਘੁਲ ਜਾਏ ਚੀਨੀ। ਥੋੜ੍ਹਾ ਜਿਹਾ ਫਿਰ ਪਾਣੀ ਪਾਵਾਂਗੇ, ਪਾਣੀ, ਕਿਉਂਕਿ ਮੈਂ ਗਾਰਲਿਕ ਕਲਰ ਹੀ ਰੱਖਣਾ ਵਾ, ਜ਼ਿਆਦਾ ਲਾਲ ਨਹੀਂ ਕਰਨਾ, ਲਾਲ ਵੀ ਨਹੀਂ ਤਾਂ ਆਸਾਨ ਨਹੀਂ ਹੋਣਾ। ਚਾਸ਼ ਬਣਾ ਕੇ ਮੈਂ ਵਿੱਚ ਸੂਜੀ ਪਾ ਦਿੱਤੀ, ਜਿਹੜੀ ਦੁੱਧ 'ਚ ਭਿਅੰਗ ਰੱਖੀ ਸੀ, ਮੈਨੂੰ ਸਟੀਲ ਬਣਾਉਣ ਦਾ ਰੇਂਜ ਚੋਂ ਨਿਕਲ ਗਿਆ। ਹੁਣ ਇਹਨੂੰ ਮੈਂ ਦਮ ਦੇ ਦਿੰਦੀ ਹਾਂ ਹਲਕਾ ਜਿਹਾ, ਪਾਣੀ ਦਾ ਛਿੱਟਾ ਲਗਾ ਕੇ, ਫਿਰ ਇਹਦੀ ਲੁੱਕ ਦਿਖਾਉਂਦੀ ਹਾਂ। ਅੱਛਾ ਜੀ, ਅੱਜ ਇੱਕ ਨਵੇਂ ਤਰੀਕੇ ਦਾ ਹਲਵਾ ਬਣਾਇਆ ਵਾ, ਅਤੇ ਜੁੱਤੀ ਮੈਂ ਇੱਥੇ ਲੈ ਦੇਵਾਂਗਾ ਆਪਣੀ ਜੁੱਤੀ ਚੁੱਕ, ਅਤੇ ਚਟਾਈ ਤੋਂ ਨੀਚੇ ਰੱਖਾਂਗੀ ਸਾਰਿਆਂ ਨੇ। ਮੈਂ ਆਹ ਜਿਹੜੀ ਸੀਡੀ ਭਾਈ ਬੈਠਾ ਇਹਦੇ ਵਾਸਤੇ ਬਣਾਇਆ ਵਾ, ਅਤੇ ਹੁਣ ਚੈੱਕ ਕਰਾਉਂਦੇ ਹਾਂ ਦੁੱਧ ਵਾਲਾ ਬਣਾਇਆ ਵਾ। ਕਿਉਂਕਿ ਸਾਡੇ ਚੁੱਲ੍ਹੇ ਦੀ ਨਾ ਆਂਚ ਨਹੀਂ ਇੰਨੀ ਸਲੋਅ ਹੁੰਦੀ ਹੈਗੀ, ਉਹ ਨੀਚੇ ਚੀਜ਼ ਲੱਗ ਜਾਂਦੀ। ਤੁਸੀਂ ਦੂਸਰਾ ਲੈ ਲੈਣਾ, ਮੈਨੂੰ ਲਗਾ ਦਿਓ ਚੁੱਲ੍ਹਾ ਨਾ, ਤੁਸੀਂ ਇਹਨੂੰ ਲਾ ਦਿਓ ਅਤੇ ਦੂਸਰਾ ਲਗਾ ਦਿਓ, ਅਤੇ ਜਿੰਨਾ ਮਰਜ਼ੀ ਸਲੋਅ ਦਮ ਦੇ ਲਓ। ਉਹ ਲਗਾ ਦਈਏ? ਹਾਂਜੀ ਉਹ ਲਗਾਉਣਾ। ਚਲੋ ਹੁਣ ਮੈਂ ਤੁਹਾਨੂੰ ਪਲੇਟ 'ਚ ਪਾ ਕੇ ਦਿੰਦੀ ਹਾਂ, ਟੇਸਟ ਕਰੋ। ਮੈਂ ਪਹਿਲਾਂ ਸਭ ਤੋਂ ਪਹਿਲੇ ਦੋ ਜਿੰਨੇ ਸੂਜੀ ਰੱਖ ਦਿੱਤੀ ਸਾਰਿਆਂ ਨੂੰ ਮਿਲ ਜਾਂਦਾ, ਤੁਹਾਨੂੰ ਪਲੇਟਾਂ ਲੈ ਕੇ ਆ ਰਹੀ। ਤੁਸੀਂ ਉੱਥੇ ਜਾ ਕੇ ਖੜ ਗਏ, ਉੱਥੇ ਜਾ ਕੇ ਖੜ ਗਏ, ਤੁਸੀਂ ਠੰਡਾ ਹੋ ਗਿਆ ਨਾ? ਠੰਡਾ ਹੋ ਗਿਆ, ਠੰਡਾ ਕਰਦਾ ਗਿਆ ਵਾ। ਮੈਂ ਇੱਕ ਹੀ ਕੋਲੀ ਆ ਵੀ ਆ ਜ਼ਿਆਦਾ ਤੇਰਾ ਚਿੰਪੀ ਆ ਰਹੇ। ਜੇ ਸਵਾਦ ਆ, ਮਜ਼ੇਦਾਰ ਆ, ਬਾਹਲਾ ਮਜ਼ੇਦਾਰ। ਪਾਪਾ ਜੀ ਆਪ ਵੀ ਬਤਾਏ। ਅੱਛਾ ਬਣਿਆ, ਖਾਧਾ ਹੈ ਨਹੀਂ? ਠੀਕ ਬਣਿਆ, ਨਹੀਂ ਮੈਂ ਖਾਇਆ, ਗਰਮ ਚੀਜ਼ ਮੈਂ ਨਹੀਂ ਖਾਂਦਾ, ਤੁਹਾਨੂੰ ਪਤਾ ਵਾ। ਨਾ ਗਰਮ ਨਾ ਨਮਕੀਨ, ਮੈਂ ਜ਼ਿਆਦਾ ਚੀਨੀ ਨਹੀਂ ਇਸਤੇਮਾਲ ਕਰਦਾ। ਮੈਂ ਅੱਛਾ ਚੀਨੀ ਹਲਕੀ ਆ, ਜ਼ਿਆਦਾ ਨੂੰ ਸਵਾਦ ਲੱਗਦਾ, ਜ਼ਿਆਦਾ ਗਿਆ ਕਿ ਜਲਦੀ ਮੂੰਹ 'ਚ ਪਵਾਉਂਦਾ। ਅੱਛਾ ਮੈਂ ਦੁੱਧ ਪਾ ਕੇ ਪਕਾਇਆ ਵਾ, ਅਤੇ ਮੈਨੂੰ ਮੇਰੀ ਚਾਚੀ ਨੇ ਵੀ ਕਿਹਾ ਸੀ ਬੱਚਿਆਂ ਨੂੰ ਨਾ ਦੂਧ ਵਾਲਾ ਹਲਵਾ ਬਣਾ ਕੇ ਦਿਆ ਤਾ। ਚਲੋ ਠੀਕ ਹੋ ਗਿਆ ਤੈਨੂੰ।